ਸਤਿਸੰਗ ਜੀ, ਆਪ ਜੀ ਨੂੰ ਪਤਾ ਹੀ ਹੈ ਕਿ ਇੰਟਰਨੈਸ਼ਨਲ ਰਵੈਲ ਖਾਲਸਾ ਗੱਤਕਾ ਗਰੁੱਪ ਅੰਮ੍ਰਿਤਸਰ ਸਾਹਿਬ ਪਹੁੰਚਿਆ ਹੋਇਆ। ਹੁਣ ਆਪਾਂ ਜਾ ਰਹੇ ਹਾਂ ਜੀ ਸ਼ਰਹਟਾ ਸਾਹਿਬ, ਸ਼ਰਹਟਾ ਸਾਹਿਬ ਜਿੱਥੇ ਗੱਤਕੇ ਦੇ ਮੁਕਾਬਲੇ ਹੋਣੇ ਆ। ਅਤੇ ਰਸਤੇ ਵਿੱਚ ਜਾ ਰਹੇ ਸੀ ਅਤੇ ਸਭ ਸਾਹਮਣੇ ਖਾਲਸਾ ਕਾਲਜ ਦੇਖਿਆ। ਖਾਲਸਾ ਕਾਲਜ ਜੋ ਅੰਮ੍ਰਿਤਸਰ ਦੀ ਸ਼ਾਨ ਹੈ, ਉਹਦੇ ਆਪ ਜੀ ਨੂੰ ਦਰਸ਼ਨ ਕਰਾਏ ਜਾਣ। ਆਪ ਜੀ ਦਰਸ਼ਨ ਕਰੋ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਆਏ ਹਾਂ ਜੀ ਸ਼ਰਹਟਾ ਸਾਹਿਬ, ਜਿੱਥੇ ਕੰਪਟੀਸ਼ਨ ਹੋਣਾ। ਕੰਪਟੀਸ਼ਨ ਦੇ ਵਿੱਚ ਇੰਟਰਨੈਸ਼ਨਲ ਨਿਰਵੈਰ ਖਾਲਸਾ ਗੱਤਕਾ ਗਰੁੱਪ ਨੇ ਆਪਣੇ ਜੋਰ ਦਿਖਾਉਣੇ ਆ ਅਤੇ ਵਲੌਗ ਬਣਾ ਰਹੇ ਹਾਂ ਜੀ। ਵਲੌਗ ਬਹੁਤ ਵਧੀਆ ਹੋਊਗਾ, ਆਪਣੀ ਟੀਮ ਦੀ ਤੁਹਾਨੂੰ ਪ੍ਰਦਰਸ਼ਨ ਵੀ ਕਰਕੇ ਦਿਖਾਵਾਂਗੇ ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਊਗੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਮੈਂਟ ਕਰਕੇ ਦੱਸਿਓ ਕਿ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ। ਸੋ ਬਹੁਤ ਬਹੁਤ ਧੰਨਵਾਦ ਜੀ, ਸ਼ੁਰੂ ਕਰਦੇ ਹਾਂ ਵਲੌਗ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਸ਼ਰਹਟਾ ਸਾਹਿਬ ਪਹੁੰਚ ਗਏ ਹਾਂ, ਕਿੱਟਾਂ ਜਾ ਰਹੀਆਂ। ਲਓ ਜੀ ਟੀਮ ਪਹੁੰਚ ਰਹੀ ਆ ਸਾਡੀ ਹੌਲੀ ਹੌਲੀ ਕਰਕੇ। ਵਾਹਿਗੁਰੂ ਜੀ ਕਾ ਖਾਲਸਾ। ਪਹੁੰਚ ਚੁੱਕੀਆਂ ਅਤੇ ਇਸੇ ਜਗ੍ਹਾ 'ਤੇ ਮੁਕਾਬਲੇ ਹੋਣੇ ਆ। ਆਪ ਜੀ ਦੇਖ ਰਹੇ ਹੋ ਟੀਮਾਂ ਪਹੁੰਚ ਚੁੱਕੀਆਂ। ਲਓ ਜੀ ਦਰਸ਼ਨ ਕਰਾ ਰਹੇ ਹਾਂ ਤੁਹਾਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਸ਼੍ਰੀ ਸ਼ਹਿਰਟਾ ਸਾਹਿਬ, ਜੋ ਪਾਸ਼ਾ ਪੰਜਵੀਂ ਛੇਵੀਂ ਦੋਵੇਂ ਪਾਸ਼ਾਹੀਆਂ ਇੱਥੇ ਆਈਆਂ ਹਨ ਅਤੇ ਆਪ ਜੀ ਨੂੰ ਦਰਸ਼ਨ ਕਰਾਉਣੇ ਆ ਜੀ ਅੰਦਰੋਂ ਵੀ। ਸ਼ਰਹਟਾ ਵਾਲਾ ਖੂਹ ਹੈ ਜੀ ਅਤੇ ਉੱਥੇ ਹੁਣ ਕਾਰ ਸੇਵਾ ਚੱਲ ਰਹੀ ਹੈ, ਕਾਰ ਸੇਵਾ ਚੱਲਦੀ ਪਈ ਆ। ਸ਼ਰਹਟਾ ਦਾ ਖੂਹ ਹੈ ਜਿਹਦੇ ਜਿੱਥੋਂ ਜਲ ਭਰ ਕੇ ਇੱਥੇ ਦੀ ਸੰਗਤ ਛਕਿਆ ਕਰਦੀ ਸੀਗੀ। ਕਾਰ ਸੇਵਾ ਆਰੰਭ ਹੈ ਜੀ। ਆਹ ਸੰਖੇਪ ਇਤਿਹਾਸ ਹੈ। ਟੀਮ ਦਾ ਨੰਬਰ ਆ ਚੁੱਕਿਆ, ਪਿੱਛੇ ਤਿਆਰੀ ਹੋ ਰਹੀ ਹੈ, ਛੱਪਰ ਲੱਗ ਰਹੇ ਆ ਅਤੇ ਉਸ ਤੋਂ ਬਾਅਦ ਪ੍ਰਦਰਸ਼ਨ ਆਪ ਜੀ ਨੂੰ ਦਿਖਾਉਂਦੇ ਹਾਂ। ਕਿਉਂ ਭਾਈ ਜੀ ਸਾਹਿਬ, ਵੀਡੀਓ ਬਣਾਵਾਂਗੇ ਅਸੀਂ ਦੋਵੇਂ ਜਾਣੇ ਅਤੇ ਬਾਕੀ ਖੇਡਣਗੇ ਸਾਰੇ ਜਾਣੇ।
ਵਾਹਿਗੁਰੂ ਜੀ। ਸੋ ਮੁਕਾਬਲੇ ਸਮਾਪਤ ਹੋ ਚੁੱਕੇ ਆ ਤੇ ਅੱਜ ਦੂਜਾ ਸਥਾਨ ਲੈ ਕੇ ਚਾਲਾ ਪਾ ਰਹੇ ਹਾਂ ਜੀ ਘਰ ਨੂੰ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਕੁਛ ਗਲਤੀਆਂ ਹੋ ਗਈਆਂ ਜਿਹਦੇ ਕਰਕੇ ਦੂਜੀ ਪੋਜੀਸ਼ਨ ਆਈ ਹੈ ਤੇ ਇੱਕ ਨੰਬਰ ਤਾਂ ਫਰਕ ਪਿਆ ਨੇ ਤਾਂ ਪਹਿਲਾਂ ਹੀ ਸੀਗਾ ਤੇ ਪਰ ਫਿਰ ਵੀ ਮਹਾਰਾਜ ਦਾ ਸ਼ੁਕਰਾਨਾ ਹੈ ਜੀ ਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਦੂਜਾ ਸਥਾਨ ਹਾਸਲ ਕੀਤਾ। ਵਲੋਗ ਆਪ ਜੀ ਨੇ ਕਿਹੋ ਜਿਹਾ ਲੱਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।